ਪੰਜਾਬ ਕੇਸਰੀ ਜਗਬਾਨੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਇਸ ਵੇਲੇ ਤੁਹਾਨੂੰ ਵੱਡੀ ਖਬਰ ਦੇ ਦਈਏ ਕਿ ਕਿਸੇ ਵੇਲੇ ਵੀ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਜਾ ਸਕਦਾ ਹੈ ਤੇ ਉਸ ਨੂੰ ਲੈ ਕੇ ਵਿਚਾਰ ਚਰਚਾ ਲਗਾਤਾਰ ਚੱਲ ਰਹੀ ਹੈ ਸੂਤਰੇ ਦੱਸਦੇ ਹਨ ਕਿ ਵਿਧਾਨ ਸਭਾ اجلاس ਤੋਂ ਪਹਿਲਾਂ ਇਸ ਦਾ ਵਿਸਤਾਰ ਹੋ ਸਕਦਾ ਹੈ ਜਾਣਕਾਰੀ ਮਿਲ ਪਾਰੀ ਹੈ ਕਿ ਕੱਲ ਜਿਸ ਤਰੀਕੇ ਨਾਲ ਪੰਜਾਬ ਦੀ ਕੈਬਨਿਟ ਸੱਦੀ ਗਈ ਹੈ ਤਾਂ ਉਸ ਦੇ ਵਿੱਚ ਵਿਧਾਨ ਸਭਾ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਜਾਏਗਾ ਤੇ ਉਸ ਤਾਰੀਖ ਤੋਂ ਪਹਿਲਾਂ ਵਿਧਾਨ ਸਭਾ ਜਲਾਅ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਦਾ ਵਿਸਥਾਰ ਵੀ ਹੋ ਜਾਵੇਗਾ ਜਾਣਕਾਰੀ ਇਹ ਵੀ ਦੇ دیਏ ਕਿ ਜੋ ਸੂਤਰ ਸਾਨੂੰ ਦੱਸਦੇ ਹਨ ਕਿ ਕਈ ਜ਼ਿਲ੍ਹੇ ਜਿਨ੍ਹਾਂ ਨੂੰ ਹੇਤਾ ਕੈਬਨਿਟ ਦੇ ਵਿੱਚ ਨੁਮਾਇੰਦਗੀ ਨਹੀਂ ਮਿਲੀ ਹੈ ਉਹਨਾਂ ਨੂੰ ਥਾ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇਸ ਉੱਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਦੋ ਵਾਰ ਵਿਧਾਇਕ ਬਣੇ ਹਨ ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾ ਦਿੱਤੀ ਜਾਵੇ ਇੱਥੇ ਜਾਣਕਾਰੀ ਇਹ ਵੀ ਦੇ ਦਈਏ ਕਿ ਫਿਲਹਾਲ ਜਿਸ ਤਰੀਕੇ ਦੇ ਨਾਲ ਸਿਹਤ ਮੰਤਰੀ ਨੂੰ ਬਰਖਾਸਤ ਕੀਤਾ ਗਿਆ ਤੇ ਸਿਹਤ ਵਿਭਾਗ ਵੀ ਮੁੱਖ ਮੰਤਰੀ ਕੋਲ ਹੈ ਤਾਂ ਹੁਣ ਸਰਕਾਰੇ ਚਾਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਮੰਤਰੀ ਕਿਉਂਕਿ 17 ਮੰਤਰੀ ਕੈਬਨਿਟ ਦੇ ਵਿੱਚ ਬਣਾਏ ਜਾ ਸਕਦੇ ਹਨ ਮੁੱਖ ਮੰਤਰੀ ਤੋਂ ਇਲਾਵਾ ਤਾਂ ਉਹ तमाम ਮંત્રી ਨੂੰ ਆਪਣੇ ਆਪਣੇ ਡਿਪਾਰਟਮੈਂਟ ਦਿੱਤੇ ਜਾਣ ਤਾਂ ਕਿ ਕੰਮ ਜਿਹੜਾ ਹੋਰ ਵਧੀਆ ਢੰਗ ਨਾਲ ਹੋ ਸਕੇ ਤਾਂ 4-5 ਨਵੇਂ ਮੰਤਰੀ बन सकते हैं जिस नु लेके विचार चर्चा लगातार सरकार ਦੇ ਵਿੱਚ جاری ਹੈ ਦੇਖਣ ਵਾਲੀ ਉਹਨੇ ਗੱਲ ਰਹੇਗੀ ਕਿ ਕੱਲ ਜਿਹੜੀ ਕੈਬਨਟ ਹੁੰਦੀ ਹੈ ਉਹ ਕੀ ਫਾਈਨਲ ਕਰਦੀ ਹੈ ਕਿ ਵਿਧਾਨ ਸਭਾ ਦਾ اجلاس ਕਿਸ ਦਿਨ ਸੱਦਿਆ ਜਾਣਾ ਹੈ ਤਾਰੀਖ ਜੋ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ 17 ਤਾਰੀਖ ਨੂੰ ਵਿਧਾਨ ਸਭਾ ਦਾ اجلاس ਸ਼ੁਰੂ ਹੋ ਸਕਦਾ ਹੈ ਪਰ ਬਜਟ ਬਜਟ ਜਿਹੜਾ ਹੈ ਉਹ 23 ਤਾਰੀਖ ਤੋਂ ਬਾਅਦ ਹੀ ਸਰਕਾਰ ਪੇਸ਼ ਕਰੇਗੀ ਕਿਉਂਕਿ ਜਿਮਨੀ ਚੌਂ ਜਿਹੜੀ ਹੈ ਉਹ ਸੰਗਰੂਰ ਦੀ ਹੋਣੀ ਹੈ ਤੇ 23 ਤਾਰੀਖ ਤੱਕ ਚੌਂ ਜਾਬਤਾ ਲੱਗਿਆ ਹੈ ਤਾਂ ਉਸ ਤੋਂ ਤੱਕ ਕੋਈ ਲੁਭਾਉਣਾ ਫੈਸਲਾ ਸਰਕਾਰ ਨਹੀਂ ਕਰ ਸਕਦੀ ਇਸ ਕਰਕੇ ਵਿਧਾਨ ਸਭਾ ਦਾ ਬਜਟ ਇਸਲਾਸਤਾ ਸ਼ੁਰੂ ਕਰ ਸਕਦੇ ਨੇ ਪਰ ਬਜਟ ਜਿਹੜਾ ਹੈ ਉਹ 23 ਤੋਂ ਬਾਅਦ ਹੀ ਸੁਨਾਇਆ ਜਾਏਗਾ ਪੜਾਇਆ ਜਾਏਗਾ ਜੋ ਜਾਣਕਾਰੀ ਮਿਲ ਪਾਰੀ ਹੈ ਪਰ ਵੱਡੀ ਗੱਲ ਇਹ ਹੀ ਹੈ ਕਿ ਕਿਹੜੇ ਵਿਧਾਇਕ ਹੁੰਦੇ ਹਨ ਤੇ ਕਿਹੜੇ ਜ਼ਿਲ੍ਹੇ ਹੁੰਦੇ ਹਨ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਮਿਲੇਗੀ ਕੈਮਰਾਮੈਨ ਜਸ਼ਨ ਦਿਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਮਨੀ